ਸਸਰੇਕਾਲ ਦੋਸਤੋ ਕਲਿਕ ਸਾਡੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਪਿਛਲੀ ਵੀਡੀਓ ਵਿੱਚ ਆਪਾਂ ਡਿਸਕਸ ਕਰਿਆ ਸੀ ਬਾਬਾ ਬੰਦਾ ਬਹਾਦਰ ਬਾਰੇ ਦਾਲ ਖਾਲਸਾ ਬਾਰੇ ਤਾਂ ਅੱਗੇ ਚੱਲਦੇ ਆਂ ਅੱਜ ਡਿਸਕਸ ਕਰਾਂਗੇ ਮਹਾਰਾਜਾ ਰਣਜੀਤ ਸਿੰਘ ਬਾਰੇ ਜਿਨ੍ਹਾਂ ਨੇ ਪੰਜਾਬ ਦਾ ਇੰਡੀਪੈਂਡੈਂਟ ਸਟੇਟ ਬਣਾਈ ਪੰਜਾਬ ਨੂੰ ਇੰਡੀਪੈਂਡੈਂਟ ਸਿੱਖ Empire ਦੀ ਤਰ੍ਹਾਂ ਬਣਾਇਆ ਤਾਂ ਜੇ ਤੁਹਾਨੂੰ ਇਸ ਲੈਕਚਰ ਦੀ ਪੀਡੀਐਫ ਚਾਹੀਦੀ ਤਾਂ ਸਾਡੇ ਟੈਲੀਗ੍ਰam ਚੈਨਲ ਤੇ ਜਾ ਸਕਦੇ ਹੋ ਤੇ ਜੇ ਤੁਹਾਨੂੰ ਕੋਈ ਡਾਊਟ ਹੈ ਤਾਂ ਸਾਨੂੰ ਇੰਸਟਾਗ੍ਰam ਤੇ ਪੁੱਛ ਸਕਦੇ ਹੋ ਮਹਾਰਾਜਾ ਰਣਜੀਤ ਸਿੰਘ ਜੀ ਦੇ ਆਉਣ ਤੋਂ ਪਹਿਲਾਂ ਪੰਜਾਬ ਦੇ ਵਿੱਚ ਸਿੱਖ ਰਿਲੀਜਨ ਦੇ ਵਿੱਚ ਮਿਸਲ ਸਿਸਟਮ ਸਟਾਰਟ ਹੋ ਗਿਆ ਸੀਗਾ ਹੁਣ ਗੱਲ ਕਰਦੇ ਆਂ ਮਿਸਲ ਦੀ ਕਿ ਮਿਸਲ ਹੁੰਦੀ ਕੀ ਹੈ ਤਾਂ ਜਿਹੜਾ ਵਰਡ ਮਿਸਲ ਹੈ ਇਹਨੂੰ ਸਭ ਤੋਂ ਪਹਿਲਾਂ ਯੂਜ਼ ਕੀਤਾ ਸੀਗਾ ਬਾਏ ਸੇਨਾਪਤੀ ਸੇਨਾਪਤੀ ਇੱਕ ਪੋਇਟ ਦਾ ਨਾਮ ਹੈ ਪੰਜਾਬੀ ਪੋਇਟ ਸੀ ਉਹ ਜਿਹੜਾ ਗੁਰੂ ਗੋਬਿੰਦ ਸਿੰਘ ਜੀ ਦੇ ਟਾਈਮ ਤੇ ਸੀ ਉਹਨਾਂ ਨੇ ਇੱਕ ਬੁੱਕ ਲਿਖੀ ਸੀ ਸ਼੍ਰੀ ਗੁਰੂ ਸ਼ੋਭਾ ਇਨ ਹਿਸ ਸ਼੍ਰੀ ਗੁਰੂ ਸ਼ੋਭਾ ਸੇਨਾਪਤੀ ਯੂਜ਼ਸ ਅ ਵਰਡ ਮਿਸਲ ਤਾਂ ਨੇ ਸਭ ਤੋਂ ਪਹਿਲਾਂ ਵਰਡ ਯੂਜ਼ ਕੀਤਾ ਸੀ ਮਿਸਲ ਨੂੰ ਇਨ ਦੀ ਸੈਂਸ ਆਫ ਅ ਗਰੂਪ ਆਫ ਆਰ ਟਰੂਪ ਆਰ ਸਬ ਯੂਨਿਟ ਆਫ ਆਰਮਡ ਵਾਰੀਅਰਸ ਇੱਕ ਸੈਨਾ ਦੀ ਟੁਕੜੀ ਲਈ ਯੂਜ਼ ਕਰਨਾ ਸ਼ੁਰੂ ਕੀਤਾ ਸੀ ਮਿਸਲ ਉਹਨਾਂ ਨੇ ਵਰਡ ਤੇ ਇਸ ਦਾ ਕਾਊਂਟ ਮਿਲਦਾ ਆਪਾਂ ਨੂੰ ਬੈਟਲ ਆਫ ਪੰਗਨੀ ਬੈਟਲ ਆਫ ਪੰਗਨੀ ਜਿਹੜੀ ਆਪਾਂ ਪੜ੍ਹੀ ਸੀ ਗੁਰਗੋਬਿੰਦ ਸਿੰਘ ਜੀ ਨੂੰ ਪੜ੍ਹਦੇ ਹੋਏ ਤਾਂ ਉਸ ਦੇ ਵਿੱਚ ਪਹਿਲੀ ਵਾਰ ਆਪਾਂ ਨੂੰ ਵਰਡ ਯੂਜ਼ ਕੀਤਾ ਮਿਲਦਾ ਹੈ ਮਿਸਲ ਜੀ ਮੈਂ ਆਪਾਂ ਪਹਿਲਾਂ ਵੀ ਡਿਸਕਸ ਕਰ ਚੁੱਕੇ ਹਾਂ ਕਿ 29 ਮਾਰਚ 1748 ਨੂੰ ਬਸਾਖੀ ਵਾਲੇ ਦਿਨ ਦਲ ਖਾਲਸਾ ਦੀ ਸਥਾਪਨਾ ਕੀਤੀ ਗਈ ਸੀ ਤੇ ਨਾਲ ਹੀ 11 ਮਿਸਲਜ਼ ਬਣਾ ਦਿੱਤੇ ਗਏ ਸੀ 65 ਬੈਂਡਸ ਤੋਂ ਆਪਾਂ ਪਿਛਲੀ ਵੀਡੀਓ ਵਿੱਚ ਇਹ ਡਿਸਕਸ ਕਰਿਆ ਸੀ ਅੰਡਰ ਦੀ ਸੁਪਰੀਮ ਕਮਾਂਡ ਆਫ ਜੱਸਾ ਸਿੰਘ ਆਲੂਵਾਲੀਆ ਤੈਨੂੰ ਦੁਆਰਾ ਦੇਖ ਲਿਓ ਜਿੰਨ ਕਿਸ ਨਹੀਂ ਆਧ ਹੈ ਤਾਂ ਤਾਂ ਗੱਲ ਕਰੀਏ ਮਿਸਲਜ਼ ਦੀ ਤਾਂ 11 ਮਿਸਲਾਂ ਸੀ ਕਈ ਥਾਂ ਤੁਹਾਨੂੰ ਮਿਲੂਗਾ ਕਿ 12 ਮਿਸਲਾਂ ਸੀ ਐਕਚੁਅਲ ਦੇ ਵਿੱਚ 11 ਹੀ ਮਿਸਲ ਬਣੀਆਂ ਹੋਈਆਂ ਸੀ 12ਵੀਂ ਮਿਸਲ ਬਿਲਕੁਲ ਡਿਫਰੈਂਟ ਸੀ ਫੁਲਕੀਆਂ ਮਿਸਲ ਜਿਹੜਾ ਨਾਮ ਹੈ ਤਾਂ ਉਹ ਬਿਲਕੁਲ ਡਿਫਰੈਂਟ ਸੀ ਉਹਨੂੰ ਉਹ ਬਾਕੀ ਸਿੱਖ ਰਿਲੀਜਨ ਦੀ ਤਰ੍ਹਾਂ ਨਹੀਂ ਸੀ ਉਸਦੇ ਆਪਦੇ ਹੀ ਕੈਰੈਕਟਰ ਸੀ ਤੇ ਉਹ ਆਪਦੇ ਹੀ ਢੰਗ ਨਾਲ ਕੰਮ ਕਰਦੀ ਸੀ ਤੇ ਜੇ ਗੱਲ ਕਰੀਏ 11 ਮਿਸਲਾਂ ਦੀ ਤਾਂ ਇਹ ਬਹੁਤ ਇੰਪੋਰਟੈਂਟ ਨੇ ਇਹਨਾਂ ਨੂੰ ਕਿਹੜੀ ਕਿਹੜੀ ਮਿਸਲ ਸੀ ਤੇ ਕਿਹਨੇ ਕਿਹਨੇ ਫਾਊਂਡ ਕਰਿਆ ਸਪੈਸ਼ਲੀ ਇੰਪੋਰਟੈਂਟ ਹੈ ਇਹ ਇਸ ਚੀਜ਼ਾਂ ਤੇ ਕੁਐਸਚਨਸ ਆ ਜਾਂਦੇ ਆ ਪੇਪਰ ਦੇ ਵਿੱਚ ਤਾਂ ਗੱਲ ਕਰਦੇ ਆ ਪਹਿਲੀ ਮਿਸਲ ਦੀ ਉਹ ਹੈ ਆਲੂ ਵਾਲੀਆ ਮਿਸਲ ਜੱਸਾ ਸਿੰਘ ਆਲੂਵਾਲੀਆ ਦੇ ਨਾਮ ਤੋਂ ਤਾਂ ਇੰਪੋਰਟੈਂਟ ਹੈ ਜੱਸਾ ਸਿੰਘ ਆਲੂਵਾਲੀਆ ਬਾਰੇ ਆਪਾਂ ਪਹਿਲਾਂ ਹੀ ਪੜ ਚੁੱਕੇ ਆ ਤਾਂ ਉਹਨਾਂ ਦੇ ਨਾਮ ਤੇ ਰੱਖੀ ਗਈ ਆਲੂਵਾਲੀਆ ਮਿਸਲ ਥੈਨ ਆਪਾਂ ਨਵਾਬ ਕਪੂਰ ਸਿੰਘ ਬਾਰੇ ਵੀ ਪੜ ਚੁੱਕੇ ਆ ਕਿਉਂਕਿ ਉਹ ਬਹੁਤ ਜ਼ਿਆਦਾ ਸਟਰੋਂਗ ਸੀਗੇ ਤਾਂ ਉਹਨਾਂ ਦੇ ਨਾਮ ਤੋਂ ਸਟਾਰਟ ਕੀਤੀ ਗਈ ਸਿੰਘਪੂਰੀਆ ਮਿਸਲ ਜਾਂ ਫਿਰ ਫੈਜ਼ਲਪੂਰੀਆ ਮਿਸਲ ਸਿੰਘਪੂਰੀਆ ਮਿਸਲ ਜਾਂ ਫਿਰ ਫੈਜ਼ਲਪੂਰੀਆ ਮਿਸਲ ਥੈਨ ਇੱਕ ਹੋਰ ਸੀਨੀਅਰ ਲੀਡਰਸ਼ਿਪ ਕਰੋੜਾ ਸਿੰਘ ਕਰੋੜਾ ਸਿੰਘ ਦੇ ਨਾਮ ਤੋਂ ਕਰੋੜ ਸਿੰਘੀਆ ਮਿਸਲ ਥੈਨ ਚੌਥੀ ਮਿਸਲ ਹੈ ਨਿਸ਼ਾਨ ਵਾਲੀ ਮਿਸਲ ਇਹਨਾਂ ਦੇ ਲੀਡਰ ਸੀ ਦ ਸੌਂਦਾ ਸਿੰਘ ਇੰਪੋਰਟੈਂਟ ਹੈ ਯਾਦ ਰੱਖਣਾ ਹੈ ਦ ਸੌਂਦਾ ਸਿੰਘ ਤੋਂ ਨਿਸ਼ਾਨ ਵਾਲੀ ਮਿਸਲ ਥੈਨ ਬਾਬਾ ਦੀਪ ਸਿੰਘ ਜਿਹੜੇ ਬਾਬਾ ਸ਼ਹੀਦਾਂ ਚ ਨਾਮ ਆਉਂਦੇ ਆਪਣੇ ਸਿੱਖਰ ਲੀ ਜਾਂਦੇ ਉਹਨਾਂ ਦੇ ਨਾਮ ਤੇ ਸ਼ਹੀਦ ਮਿਸਲ ਥੈਨ ਡੱਲੇ ਵਾਲੀਆ ਮਿਸਲ ਕਿ ਨਵੇਂ ਨਾਮ ਤੇ ਗੁਲਾਬ ਸਿੰਘ ਡੱਲੇ ਵਾਲੀਆ ਤੇ ਤਾਂ ਜ਼ਿਆਦਾਤਰ ਜਿਹੜੀਆਂ ਮਿਸਲਾਂ ਸੀ ਉਹਨਾਂ ਨੇ ਨਾਮ ਉਹਨਾਂ ਦੇ ਲੀਡਰਸ ਤੋਂ ਹੀ ਚੱਕ ਕੇ ਰੱਖ ਲਏ ਗਏ ਦੈਨ ਸ਼ੁਕਰਚੱਕਿਆ ਮਿਸਲ ਇਹ ਸ਼ੁਰੂ ਕੀਤੀ ਸੀ ਛਰਦ ਸਿੰਘ ਨੇ ਇਹਨਾਂ ਇਹ ਪਿੰਡ ਸੀ ਇਹਨਾਂ ਦਾ ਸ਼ੁਕਰਚੱਕ ਉਥੋਂ ਦੀ ਨਾਮ ਰੱਖ ਲਿਆ ਗਿਆ ਸ਼ੁਕਰਚੱਕਿਆ ਮਿਸਲ ਦੈਨ ਪੰਗੀ ਮਿਸਲ ਹਰੀ ਸਿੰਘ ਟਿੱਲੋ ਇਹਦਾ ਰਿਲੇਸ਼ਨ ਪੰਗ ਦੀ ਬੁੱਟੀ ਨਾਲ ਹੈ ਦੈਨ ਕਨਈਆ ਮਿਸਲ ਜੈ ਸਿੰਘ ਨਕਈ ਮਿਸਲ ਹੀਰਾ ਸਿੰਘ ਇਹਨਾਂ ਦੋਨਾਂ ਨੂੰ ਯਾਦ ਕਰਨ ਰੱਖਣ ਦਾ ਕੋਈ ਤਰੀਕਾ ਦੇਖ ਲਿਓ ਜਿਵੇਂ ਨਕਈ ਲਈ ਰੱਖ ਸਕਦੇ ਹੋ ਕਿ ਨਿੱਕਾ ਜਾਂ ਹੁੰਦਾ ਹੀਰਾ ਤੇ ਕਿਵੇਂ ਵੀ ਇਹਨਾਂ ਨੂੰ ਯਾਦ ਰੱਖ ਲਿਓ ਨਕਈ ਮਿਸਲ ਹੀਰਾ ਸਿੰਘ ਦਨ ਰਾਮਗੜੀਆ ਮਿਸਲ ਜੱਸਾ ਸਿੰਘ ਰਾਮਗੜੀਆ ਤੇ 11 ਮਿਸਲਾਂ ਨੇ ਬਹੁਤ ਇੰਪੋਰਟੈਂਟ ਨੇ ਤੇ 12ਵੀਂ ਮਿਸਲ ਜਿਹਦਾ ਸਿੱਖ ਹਿਸਟਰੀ ਨਾਲ ਕੁਝ ਜ਼ਿਆਦਾ ਪਿਆਰ ਨਹੀਂ ਰਿਹਾ ਹੋਇਆ ਫੁਲਕੀਆਂ ਮਿਸਲ ਤਾਂ 12ਵੀਂ ਮਿਸਲ ਅੱਢ ਹੀ ਕੰਮ ਕਰਦੀ ਸੀ ਇਹਨਾਂ ਸਾਰੀਆਂ 11 ਮਿਸਲਾਂ ਨਾਲੋਂ ਜਨਰਲੀ ਨਾ 11 ਮਿਸਲਾਂ ਦੇ ਅਗੇਂਸਟ ਹੀ ਕੰਮ ਕਰਦੀ ਸੀ ਉਹ ਤਾਂ ਹੁਣ ਗੱਲ ਕਰਦੇ ਆ ਮਹਾਰਾਜਾ ਰਣਜੀਤ ਸਿੰਘ ਦੀ ਤਾਂ ਮਹਾਰਾਜਾ ਰਣਜੀਤ ਸਿੰਘ ਜੀ ਦਾ ਬਰਥ ਹੋਇਆ 13 ਨਵੰਬਰ 1780 ਨੂੰ ਗੁਜਰਾਵਾਲਾ ਵਿੱਚ ਗੁਜਰਾਂਵਾਲਾ ਹੁਨੇ ਹੈ ਪਾਕਿਸਤਾਨ ਦੇ ਵਿੱਚ ਹੈ ਤੇ ਇਹਨਾਂ ਦੀ ਕਲੈਨ ਕਿਹੜੀ ਸੀ ਕਿਹੜੀ ਜਾਤੀ ਨਾਲ ਸੀ ਇਹ ਸੀਗੇ ਸੰਦੇਵਾਲੀਆ ਕਲੈਨ ਦੇ ਮੈਂਬਰ ਸੀ ਦੈਨ ਇਹਨਾਂ ਦੇ ਪੇਰੈਂਟਸ ਦੀ ਗੱਲ ਕਰੀਏ ਤਾਂ ਇਹਨਾਂ ਦੇ ਫਾਦਰ ਸੀ ਸਰਦਾਰ ਮਹਾ ਸਿੰਘ ਸ਼ੁਕਰਚੱਕੀਆ ਐਂਡ ਮਦਰ ਸੀਗੇ ਸਰਦਾਰਨੀ ਮਾਈ ਰਾਜਕੌਰ ਜਿਹਨਾਂ ਨੂੰ ਟਾਈਟਲ ਦੀ ਗੱਲ ਕਰੀਏ ਕਿਹੜੇ ਕਿਹੜੇ ਟਾਈਟਲਸ ਮਿਲੇ ਸੀ ਇਹਨਾਂ ਨੂੰ ਵੈਸੇ ਤਾਂ ਕਾਫੀ ਟਾਈਟਲਸ ਦਿੱਤੇ ਦਿੱਤੇ ਗਏ ਨੇ ਬਟ ਇੰਪੋਰਟੈਂਟ ਦੋ ਹੀ ਨੇ ਇਕਤਾ ਮਹਾਰਾਜਾ ਆਫ ਪੰਜਾਬ ਦੂਸਰਾ ਸ਼ੇਰ-ਏ-ਪੰਜਾਬ ਦੈਟ ਇਜ਼ ਲਾਇਨ ਆਫ ਪੰਜਾਬ ਤਾਂ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੂੰ ਕਿਹਾ ਜਾਂਦਾ ਜੇ ਤੁਹਾਡੇ ਤੋਂ ਕਦੇ ਵੀ ਕੁਐਸਚਨ ਪੁੱਛਿਆ ਜਾਵੇ ਤਾਂ ਹੁਣ ਗੱਲ ਕਰਦੇ ਹਾਂ ਮਹਾਰਾਜਾ ਰਣਜੀਤ ਸਿੰਘ ਦੇ ਪੂਰਵਜਾਂ ਦੀ ਅਨਸੈਸਟਰਸ ਦੀ ਕਿ ਉਹਨਾਂ ਤੋਂ ਉੱਤੇ ਕਿਹੜੇ ਕਿਹੜੇ ਪੂਰਵਜ ਹੋਏ ਉਹਨਾਂ ਦੇ ਜੇ ਮਹਾਰਾਜਾ ਰਣਜੀਤ ਸਿੰਘ ਦੀ ਗੱਲ ਕਰੀਏ ਤਾਂ ਉਹਨਾਂ ਦੀਆਂ 20 ਰਾਣੀਆਂ ਸੀ ਤੇ ਉਹਨਾਂ ਦੇ ਫਾਦਰ ਸੀ ਸਰਦਾਰ ਮਹਾ ਸਿੰਘ ਜਿਨ੍ਹਾਂ ਦੀ ਮੈਰਿਜ ਹੋਈ ਸੀ ਸਰਦਾਰਨੀ ਰਾਜਕੌਰ ਨਾਲ ਤੇ ਸਰਦਾਰਨੀ ਮਾਈ ਕੌਰ ਨਾਲ then اونਾਂ ਦੇ ਅੱਗੇ ਮਹਾਰਾ ਮਹਾ ਸਿੰਘ ਦੇ ਫਾਦਰ ਸੀ ਚਰਤ ਸਿੰਘ ਉਹਨਾਂ ਦੀ ਮੈਰਿਜ ਹੋਈ ਹੋਈ ਸੀ ਸਰਦਾਰਨੀ ਦੇਸਨ ਕੌਰ ਨਾਲ then ਸਰਦਾਰ ਨੌਂਦ ਸਿੰਘ ਇਹ ਵੀ ਇੰਪੋਰਟੈਂਟ ਨੇ ਇਹਨਾਂ ਦੀ ਮੈਰਿਜ ਹੋਈ ਹੋਈ ਸੀ ਸਰਦਾਰਨੀ ਲਾਲੀ ਕੌਰ ਨਾਲ then ਜਿਹਨੇ ਸਟਾਰਟ ਕਰੀ ਸੀ ਇਹ ਮਿਸਲ that is ਸਰਦਾਰ ਬੁੱਧ ਸਿੰਘ ਸਰਦਾਰ ਬੁੱਧ ਸਿੰਘ ਦੀ ਗੱਲ ਕਰੀਏ ਤਾਂ ਉਹਨਾਂ ਨੇ ਹੀ ਜਿਹੜਾ ਸ਼ੁਕਰਚੱਕ ਵਿਲੇਜ ਹੈ ਜਿਹਨੇ ਨਾਮ ਤੇ ਨਾਮ ਪਿਆ ਸ਼ੁਕਰਚੱਕ ਇਹ ਮਿਸਲ ਉਹ ਫਾਊਂਡ ਕੀਤਾ ਸੀ ਉਹਨਾਂ ਕੋਲ 25 ਕਿਲੇ ਲੈਣ ਸੀ ਤਾਂ ਨੇ ਇੱਕ ਪਿੰਡ ਬਣਾ ਲਿਆ ਸ਼ੁਕਰਚੱਕ ਤੇ ਉਸੇ ਤੋਂ ਤੋਂ ਨਾਮ ਪੈ ਗਿਆ ਇਸ ਮਿਸਲ ਦਾ ਸ਼ੁਕਰਚੱਕੀਆ ਮਿਸਲ ਪਾਵੇਂ ਸੰਦੇ ਵਾਲਿਆ ਕਲਨ ਦੇ ਪਾਰ ਸੀਗੇ ਤਾਂ ਵੀ ਇਹਨਾਂ ਦੀ ਮਿਸਲ ਨੂੰ ਸ਼ੁਕਰਚੱਕੀਆ ਮਿਸਲ ਹੀ ਕਿਹਾ ਜਾਂਦਾ ਹੈ। ਦੈਨ ਮਹਾਰਾਜ ਰਣਜੀਤ ਸਿੰਘ ਦੇ ਬੇਟਿਆਂ ਦੀ ਗੱਲ ਕਰੀਏ ਤਾਂ ਉਹਨਾਂ ਦੇ 8 ਪੁੱਤਰ ਸੀ 8 ਸੰ ਸੀਗੇ ਸਭ ਤੋਂ ਵੱਡਾ ਸੀ ਪ੍ਰਿੰਸ ਖੜਕ ਸਿੰਘ ਖੜਕ ਸਿੰਘ ਸਭ ਤੋਂ ਵੱਡਾ ਸੀ ਤੇ ਰਣਜੀਤ ਸਿੰਘ ਜੀ ਨੂੰ ਸਭ ਤੋਂ ਪਿਆਰਾ ਵੀ ਸੀ। ਤਾਂ ਉਹ ਸੀਗਾ ਉਹਨਾਂ ਦੀ ਵਾਈਫ ਰਾਣੀ ਰਾਜਕੌਰ ਨਾਲ ਜਿਹੜੀ ਰਾਣੀ ਰਾਜਕੌਰ ਹੈ ਉਹਨਾਂ ਦਾ ਹੋਰ ਨਾਮ ਦਤਾਰਕੌਰ ਵੀ ਹੈ ਜਾਂ ਫਿਰ ਮਾਈ ਨਕਈਆਂ ਵੀ ਹੈ ਰਾਣੀ ਨਰਾਜਕੌਰ ਵੀ ਦਤਾਰਕੌਰ ਤੇ ਮਾਈ ਨਕਈਆਂ ਤਿੰਨੋਂ ਇੱਕ ਹੀ ਰਾਣੀ ਦੇ ਨਾਮ ਨੇ ਉਹਨਾਂ ਦੀ then ਉਹਨਾਂ ਦਾ ਦੂਸਰਾ ਬੇਟਾ ਸੀ ਪ੍ਰਿੰਸ ਇਸ਼ਰ ਸਿੰਘ ਇਸ਼ਰ ਸਿੰਘ ਵੀ ਰਾਣੀ ਰਾਜਕੌਰ ਦਾ ਹੀ ਬੇਟਾ ਸੀ then ਤੀਸਰਾ ਬੇਟਾ ਸੀ ਪ੍ਰਿੰਸ ਸ਼ੇਰ ਸਿੰਘ ਪ੍ਰਿੰਸ ਸ਼ੇਰ ਸਿੰਘ then ਆਲਸੀ ਰਾਣੀ ਮਹਿਤਾਬ ਕੌਰ ਰਾਣੀ ਮਹਿਤਾਬ ਕੌਰ ਦਾ ਬੇਟਾ ਸੀ ਪ੍ਰਿੰਸ ਸ਼ੇਰ ਸਿੰਘ then ਪ੍ਰਿੰਸ ਤਾਰਾ ਸਿੰਘ ਇਹ ਵੀ ਰਾਣੀ ਮਹਿਤਾਬ ਕੌਰ ਦਾ ਬੇਟਾ ਸੀ। ਦੈਨ ਆ ਜਿਹੜੇ ਤਿੰਨ ਬੇਟੇ ਨੇ ਇਹਨਾਂ ਦੇ ਕਸ਼ਮੀਰਾ ਸਿੰਘ, ਪੇਸ਼ੋਰਾ ਸਿੰਘ, ਮਲਤਾਨਾ ਸਿੰਘ। ਤੇ ਇਹ ਤਿੰਨੋਂ ਨੇ ਜਿੱਤਾਂ ਦੇ ਨਾਲ ਰਿਲੇਟਡ ਨੇ ਤੇ ਜਦੋਂ ਨੇ ਕਸ਼ਮੀਰ, ਪੇਸ਼ਾਵਰ ਤੇ ਮਲਤਾਨ ਦਿੱਤੀ ਤਾਂ ਉਸੇ ਖੁਸ਼ੀ ਦੇ ਵਿੱਚ ਆਪਣੇ ਤਿੰਨ ਬੇਟਿਆਂ ਦੇ ਨਾਂ ਨਾਮ ਰੱਖਿਆ। ਕਸ਼ਮੀਰਾ ਸਿੰਘ, ਪੇਸ਼ੋਰਾ ਸਿੰਘ ਤੇ ਮਲਤਾਨਾ ਸਿੰਘ। ਤਾਂ ਕਸ਼ਮੀਰਾ ਸਿੰਘ ਰਾਣੀ ਦਇਆ ਕੌਰ ਦਾ ਬੇਟਾ ਸੀ। ਪੇਸ਼ੋਰਾ ਸਿੰਘ ਵੀ ਰਾਣੀ ਦਇਆ ਕੌਰ ਦਾ ਬੇਟਾ ਸੀ। ਮਲਤਾਨਾ ਸਿੰਘ ਰਾਣੀ ਰਤਨ ਕੌਰ ਦਾ ਬੇਟਾ ਸੀ। ਤੇ ਦੈਨ ਦਲੀਪ ਸਿੰਘ ਦੀ ਗੱਲ ਕਰੀ ਜਾਵੇ। ਤਾ ਦਲੀਪ ਸਿੰਘ ਸਿਰਾਨੀ ਜਿੰਦਾ ਦਾ ਬੇਟਾ ਰਾਣੀ ਜਿੰਦਕੌਰ ਜਿਹੜੇ ਲਾਸਟ ਮਹਾਰਾਜਾ ਹੋਏ ਨੇ ਆਪਣੇ ਪ੍ਰਿੰਸ ਦਲੀਪ ਸਿੰਘ ਦਨ ਗੱਲ ਕਰਦੇ ਹਾਂ ਬਰੀਫ ਹਿਸਟਰੀ ਦੀ ਮਹਾਰਾਜਾ ਰਣਜੀਤ ਸਿੰਘ ਜੀ ਦੀ ਰਣਜੀਤ ਸਿੰਘਜ਼ ਫਾਦਰ ਮਹਾ ਸਿੰਘ ਵਾਸ ਮਿਸਲਦਾਰ ਆਫ ਸ਼ੁਕਰਚੱਕੀ ਮਿਸਲ ਤਾਂ ਸ਼ੁਕਰਚੱਕੀ ਮਿਸਲ ਨੂੰ ਬਿਲੋਂਗ ਕਰਦੇ ਸੀ ਤੇ ਉਹਨਾਂ ਦੇ ਹੈੱਡ ਸੀ ਐਂਡ ਕੰਟਰੋਲਡ ਅ ਟੈਰਿਟਰੀ ਇਨ ਵੈਸਟ ਪੰਜਾਬ ਬੇਸਡ ਅਰਾਊਂਡ ਥਿਸ ਹੈੱਡਕੁਆਟਰਸ ਐਟ ਗੁਜਰਾਵਾਲਾ ਤਾਂ ਇਹ ਵੈਸਟ ਪੰਜਾਬ ਜਿਹੜਾ ਹੁਣ ਪਾਕਿਸਤਾਨ ਦੇ ਵਿੱਚ ਹੈ ਉੱਥੇ ਇਹਨਾਂ ਦੀ ਟੈਰੀਟਰੀ ਸੀ ਗੁਜਰਾਵਾਲਾ ਉਹਦੇ ਹੈੱਡ ਸੀ ਜਦੋਂ ਰਣਜੀਤ ਸਿੰਘ ਬਹੁਤ ਛੋਟੇ ਸੀ ਤਾਂ ਉਹ ਸਮਾਲਪੌਕਸ ਦੀ ਬਿਮਾਰੀ ਹੋ ਗਈ ਜਿਸ ਨਾਲ ਉਹਨਾਂ ਦੀ ਇੱਕ ਅੱਖ ਦੀ ਸਾਈਟ ਚਲੀ ਗਈ ਤੇ ਉਹਨਾਂ ਕੋਲੇ ਇੱਕ ਹੀ ਅੱਖ ਰਹਿ ਗਈ ਹਿਸ ਫਾਦਰ ਡਾਈਡ ਵਾਈਲ ਰਣਜੀਤ ਸਿੰਘ ਵਾਸ 12 ইয়ার্স 올ਡ ਹਜੇ ਉਹ ਸਿਰਫ 12 ਸਾਲਾਂ ਦੇ ਹੀ ਸੀ ਕਿ ਮਹਾ ਸਿੰਘ ਸਵਰਗ ਸਿਧਾਰ ਗਏ ਥੈਨ ਗੱਲ ਕਰੀ ਆਪਾਂ ਉਹਨਾਂ ਨੂੰ ਫਿਰ ਰੇਜ਼ ਕੀਤਾ ਸਦਾਕਾਰ ਨੇ ਸਦਾਕਰ ਕਨ੍ਹਈਆ ਮਿਸਲ ਨੂੰ ਬਿਲੋਂਗ ਕਰਦੀ ਸੀ ਤੇ ਉਹਨਾਂ ਦੀ ਹੀ ਬੇਟੀ ਮਹਿਤਾਬ ਕੌਰ ਨਾਲ ਮਹਾਰਾਜਾ ਰਣਜੀਤ ਸਿੰਘ ਨੇ ਵਿਆਹ ਕੀਤਾ ਸੀ ਹੀ ਵਾਸ ਮੈਰਿਡ ਟੂ ਮਹਿਤਾਬ ਕੌਰ ਡਾਟਰ ਆਫ ਸਰਦਾਰ ਗੁਰਬਖਸ਼ ਸਿੰਘ ਸੰਧੂ ਤਾਂ ਗੁਰਬਖਸ਼ ਸਿੰਘ ਸੰਧੂ ਦੀ ਬੇਟੀ ਸੀ ਮਹਿਤਾਬ ਕੌਰ ਕਨ੍ਹਈਆ ਮਿਸਲ ਨੂੰ ਬਿਲੋਂਗ ਕਰਦੀ ਸੀ ਉਹਦੇ ਨਾਲ 1796 ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਦਾ ਵਿਆਹ ਹੋ ਗਿਆ ਐਟ ਦੀ ਏਜ ਆਫ 16 ਤਾਂ ਸਟਾਰਟਿੰਗ ਦੇ ਵਿੱਚ ਉਹਨਾਂ ਦੀ ਮਿਸਲ ਦਾ ਉਹਨਾਂ ਦੇ ਰਾਜ ਦਾ ਕੰਮ ਕਨ੍ਹਈਆ ਮਿਸਲ ਨਹੀਂ ਦੇਖਿਆ ਹੀ ਟੂ ਟੂ ਕਵਰ ਐਜ਼ ਅ ਮਿਸਲਦਾਰ ਆਫ ਦੀ ਸ਼ੂਕਰ ਚੱਕਿਆ ਮਿਸਲ ਐਟ ਦੀ ਏਜ ਆਫ 18 ਤੇ ਜਦੋਂ 18 ਸਾਲ ਦੇ ਹੋ ਗਏ ਤਾਂ ਉਹਨਾਂ ਨੂੰ ਖੁਦ ਨੂੰ ਹੈੱਡ ਬਣਾ ਦਿੱਤਾ ਗਿਆ ਸ਼ੂਕਰ ਚੱਕਿਆ ਮਿਸਲ ਦਾ ਇਨ 17 1798 ਹੀ ਮੈਰਿਡ ਰਾਜਕੌਰ ਤਾਂ ਉਹਨਾਂ ਦਾ ਦੂਸਰਾ ਵਿਆਹ 1798 ਦੇ ਵਿੱਚ ਹੋ ਗਿਆ ਰਾਜਕੌਰ ਨਾਲ ਅਲਿਆਸ ਮਹਾਰਾਣੀ ਦਤਾਰ ਕੌਰ ਜਿਹਨੂੰ ਮਹਾਰਾਣੀ ਦਤਾਰ ਕੌਰ ਵੀ ਕਿਹਾ ਜਾਂਦਾ ਜਿਨ੍ਹਾਂ ਨਾਲ ਉਹਨਾਂ ਦਾ ਪਹਿਲਾ ਪੁੱਤਰ ਪ੍ਰਿੰਸ ਖੜਕ ਸਿੰਘ ਵੀ ਹੋਇਆ ਦਾ ਡਾਟਰ ਆਫ ਸਰਦਾਰ ਰਣ ਸਿੰਘ ਨਕਈ ਤੇ ਜਿਹੜੀ ਮਹਾਰਾਣੀ ਦਤਾਰ ਕੌਰ ਸੀ ਜਾਂ ਫਿਰ ਰਾਜਕੌਰ ਸੀ ਇਹ ਨਕਈ ਮਿਸਲ ਨਾਲ ਬਿਲੋਂਗ ਕਰਦੀ ਸੀ ਤੇ ਇਹਨਾਂ ਦੇ ਫਾਦਰ ਸੀ ਸਰਦਾਰ ਰਣ ਸਿੰਘ ਨਕਈ ਤਾਂ ਇਸ ਤਰੀਕੇ ਨਾਲ ਕਨਈਆ ਮਿਸਲ ਤੇ ਨਕਈ ਮਿਸਲ ਨਾਲ ਮਹਾਰਾਜਾ ਰਣਜੀਤ ਸਿੰਘ ਨੇ ਬੜੀਏ ਸੰਬੰਧ ਬਣਾ ਲਿੱਤੇ ਹੁਣ ਗੱਲ ਕਰਦੇ ਆ ਸਿੱਖ ਐਂਪਾਇਰ ਦੀ ਤਾਂ ਉਹਨੇ ਇੱਕ ਵਾਰ ਸ਼ੁਕਰਚੱਕੇ ਮਿਸਲ ਨੂੰ ਹੈਡ ਕਰਨ ਤੋਂ ਬਾਅਦ ਹੌਲੀ-ਹੌਲੀ ਪੰਜਾਬ ਦੇ ਉੱਤੇ ਕੰਟਰੋਲ ਕਰਨਾ ਸ਼ੁਰੂ ਕਰ ਦਿੱਤਾ ਤਾਂ 67 ਕਿਵੇਂ ਹੋਇਆ ਸਭ ਕੁਝ ਤਾਂ ਸਟਾਰਟ ਹੋਇਆ ਇਨ 1797 ਐਟ ਏਜ 17 ਜੋ 17 ਸਾਲਾਂ ਦੇ ਸੀ ਇਨ 1797 ਤaik afghanda ruler ਸੀਗਾ ਸ਼ਾਹ ਜਮਨ ਤਾਂ ਸ਼ਾਹ ਜਮਨ ਜਿਹੜਾ ਅਹਿਮਦ ਸ਼ਾਹ ਦੇ ਨਾਲ ਲਿੰਕ ਸੀ ਅਹਿਮਦ ਸ਼ਾਹ ਅਬਦਾਲੀ ਨਾਲ ਲਿੰਕ ਸੀਗਾ ਉਹਨੇ ਟਰਾਈ ਕੀਤੀ ਪੰਜਾਬ ਦੇ ਉੱਤੇ ਅਟੈਕ ਕਰਨ ਦੀ ਤੇ ਆਪਣੇ ਇੱਕ ਜਨਰਲ ਭੇਜਿਆ ਸ਼ਨਚਾਈ ਖਾਨ ਤੇ ਜਨਰਲ ਕੋਲੇ 12000 ਸੋਲਜਰ ਸੀ ਤਾਂ ਇੱਕ ਵੱਡੀ ਸੈਨਾ ਨਾਲ ਉਹਨੇ ਆ ਕੇ ਅਟੈਕ ਕਰ ਦਿੱਤਾ ਪੰਜਾਬ ਨੂੰ ਜਿੱਤਣ ਵਾਸਤੇ ਤਾ ਸਭ ਤੋਂ ਪਹਿਲਾਂ ਜਿੱਥੇ ਉਹ ਪਹੁੰਚਿਆ ਉਸੇ ਗੁਜਰਾਂਵਾਲਾ ਜਿਹੜੀ ਰਣਜੀਤ ਸਿੰਘ ਦਾ ਟੈਰੀਟਰੀ ਸੀ ਤੇ ਉੱਥੇ ਸਭ ਤੋਂ ਪਹਿਲਾਂ ਉਹਨੂੰ ਫਾਈਟ ਕਰਨੀ ਪਈ ਰਣਜੀਤ ਸਿੰਘ ਨਾਲ ਦਾ ਬੈਟਲ ਵਾਸ ਫੌਟ ਇਨ ਦੀ ਟੈਰੀਟਰੀ ਥੈਟ ਫੈਲ ਇਨ ਦੀ ਰਣਜੀਤ ਸਿੰਘ ਕੰਟਰੋਲਡ ਮਿਸਲ ਹੂਜ਼ ਰੀਜਨਲ ਨੌਲੇਜ ਐਂਡ ਵਾਰੀਅਰ ਐਕਸਪਰਟਿਸ ਹੈਬਿਟ ਟੂ ਰਿਜ਼ਿਸਟ ਦੀ ਇਨਵੇਡਿੰਗ ਆਰਮੀ ਤਾਂ ਜਦੋਂ ਉਹਨਾਂ ਨੇ ਗੁਜਰਾਂਵਾਲਾ ਵਿਖੇ ਲੜਾਈ ਹੋਈ ਇਹ ਤਾਂ ਰਣਜੀਤ ਸਿੰਘ ਨੂੰ ਉੱਥੋਂ ਦੀ ਨੌਲੇਜ ਸੀ ਤੇ ਉਹਨਾਂ ਕੋਲ ਕਾਫੀ ਨੌਲੇਜ ਸੀ ਤੇ ਉਹ ਕਾਫੀ ਬਹਾਦਰਵੀ ਸੀ ਤੇ ਇਸ ਤਰੀਕੇ ਉਹਨਾਂ ਨਾਲ ਅਟੈਕ ਨੂੰ ਰੋਕ ਲਿਆ ਜਿਸ ਕਰਕੇ ਸਾਰੇ ਸਿੱਖ ਮਿਸਲਾਂ ਦੇ ਵਿੱਚ ਉਹਨਾਂ ਦੀ ਬੜੀ ਵਾਹਵਾਹੀ ਹੋਈ ਤੇ ਪਹਿਲੀ ਵਾਰ ਉਹਨਾਂ ਦੀ ਇੱਕ ਫੇਮ ਬਣ ਗਈ ਇੱਕ ਪਹਿਚਾਨ ਬਣ ਗਈ ਸਾਰੇ ਸਿੱਖ ਮਿਸਲਾਂ ਦੇ ਵਿੱਚ ਇਨ 1799 ਰਾਜਾ ਰਣਜੀਤ ਸਿੰਘ ਆਰਮੀ سپورਟਡ ਬਾਈ ਹਿਸ ਮਦਰ ਇਨ ਲਾ ਰਾਨੀ ਸਦਾਕਾਰ ਜਿਹੜੀ ਰਾਨੀ ਸਦਾਕਾਰ ਸੀ ਉਹ ਵੀ ਬਹੁਤ ਬਰੇਵ ਵਾਰੀਅਰ ਸੀ ਬਹੁਤ ਤਕੜੀ ਯੋਧਾ ਸੀ ਉਹ ਕਨਈਆ ਮਿਸਲ ਦੀ ਤੇ ਉਹਨਾਂ ਨੂੰ ਨਾਲ ਲੈ ਕੇ ਦੋਹਾਂ ਦੀਆਂ ਸੈਨਾ ਨੇ ਅਟੈਕ ਕਰ ਦਿੱਤਾ ਪੰਗੀ ਸਿਕਸ ਦੀ ਟੈਰੀਟਰੀ ਉੱਤੇ ਜਿਹੜੀ ਲਾਹੌਰ ਦੇ ਅਰਾਊਂਡ ਸੀ ਤਾਂ ਲਾਹੌਰ ਦੇ ਉੱਤੇ ਪੰਗੀ ਰੂਲਰਜ਼ ਆ ਰਹੇ ਸੀਗਾ ਤੇ ਉਹਨਾਂ ਦੇ ਉੱਤੇ ਅਟੈਕ ਕਰ ਦਿੱਤਾ ਤੇ ਉਹ ਬਗੈਰ ਲੜੇ ਹੀ ਡਰ ਕੇ ਭੱਜ ਗਏ ਤੇ ਇਸ ਤਰੀਕੇ ਨਾਲ ਲਾਹੌਰ ਜਿਹੜੀ ਸੀ ਸਭ ਤੋਂ ਪਹਿਲਾਂ ਰਣਜੀਤ ਸਿੰਘ ਕੋਲੇ ਪਹਿਲੀ ਟੈਰੀਟਰੀ ਆ ਗਈ ਦਾ ਸੂਫੀ ਮੁਸਲਿਮ ਐਂਡ ਹਿੰਦੂ ਪੋਪੂਲੇਸ਼ਨ ਆਫ ਲਾਹੌਰ ਵੈਲਕਮਡ ਦੀ ਰੂਲ ਆਫ ਰਣਜੀਤ ਸਿੰਘ ਤਾਂ ਜਿਹੜੀ ਉੱਥੋਂ ਦੀ ਪੋਪੂਲੇਸ਼ਨ ਸੀ ਸਪੈਸ਼ਲੀ ਮੁਸਲਿਮ ਤੇ ਹਿੰਦੂ ਉਹਨਾਂ ਨੇ ਬਹੁਤ ਸਪੋਰਟ ਕੀਤਾ ਮਹਾਰਾਜਾ ਰਣਜੀਤ ਸਿੰਘ ਦੇ ਉੱਥੋਂ ਦੇ ਰਾਜਾ ਬਨਨਤੇ ਇਨ 1800 ਦਾ ਰੂਲਰ ਆਫ ਜੰਮੂ ਰੀਜਨ ਸੇਡਡ ਕੰਟਰੋਲ ਆਫ ਹਿਸ ਰੀਜਨ ਟੂ ਰਣਜੀਤ ਸਿੰਘ ਉਸ ਤੋਂ ਇਲਾਵਾ ਉਸ ਤੋਂ ਇਮਪ੍ਰੈਸ ਹੋ ਕੇ 1800 ਦੇ ਵਿੱਚ ਜਿਹੜਾ ਜੰਮੂ ਦਾ ਰਾਜਾ ਸੀ ਉਹਨਾਂ ਨੇ ਵੀ ਆਪਦਾ ਰਾਜ ਮਹਾਰਾਜਾ ਰਣਜੀਤ ਸਿੰਘ ਨੂੰ ਸਮਾ ਦਿੱਤਾ ਇਨ 1801 ਰਣਜੀਤ ਸਿੰਘ ਪ੍ਰੋਕਲੇਮਡ ਹਿਮਸੈਲਫ ਐਜ਼ ਅ ਮਹਾਰਾਜਾ ਆਫ ਪੰਜਾਬ 1801 ਦੇ ਵਿੱਚ ਉਹਨਾਂ ਨੇ ਆਪਣੇ ਆਪ ਨੂੰ ਪੰਜਾਬ ਦਾ ਮਹਾਰਾਜ ਡਿਕਲੇਅਰ ਕਰ ਦਿੱਤਾ ਤੇ ਇੱਕ ਫਾਰਮਲ ਸੈਰੇਮਨੀ ਕੀਤੀ ਗਈ ਜਿਹੜੀ ਕੈਰੀ ਕੀਤੀ ਗਈ ਬਾਏ ਬਾਬਾ ਸਾਹਿਬ ਸਿੰਘ 베ਦੀ ਜਿਹੜੇ ਬਾਬਾ ਸਾਹਿਬ ਸਿੰਘ 베ਦੀ ਸੀ ਉਹ ਗੁਰੂ ਨਾਨਕ ਦੇਵ ਜੀ ਦੇ ਹੀ ਡਿਸੈਂਡੈਂਟ ਸੀ ਰਣਜੀਤ ਸਿੰਘ ਕਾਲਡ ਹਿਮ ਹਿਸ ਰੂਲ ਐਜ਼ ਅ ਸਰਕਾਰ ਖਾਲਸਾ ਤੇ ਉਹਨਾਂ ਨੇ ਆਪਣੇ ਹੀ ਰੂਲ ਨੂੰ ਦੱਸਿਆ ਕਿ ਸਰਕਾਰ ਖਾਲਸਾ ਦਾ ਰੂਲ ਹੈ ਐਂਡ ਹਿਸ ਕੋਰਟ ਐਸ ਦਰਬਾਰ ਖਾਲਸਾ ਤੇ ਉਹਨਾਂ ਦੀ ਜਿਹੜੀ ਕੋਰਟ ਹੈ ਉਹਨੂੰ ਦਰਬਾਰ ਖਾਲਸਾ ਦਾ ਨਾਮ ਦਿੱਤਾ ਗਿਆ ਹੀ ਆਰਡਰਡ ਨਿਊ ਕੋਇਨਸ ਉਹਨੇ ਨਵੇਂ ਕੋਇਨਸ ਬਣਾਣੇ ਸ਼ੁਰੂ ਕਰ ਦਿੱਤੇ ਟੂ ਬੀ ਇਸ਼ੂਡ ਇਨ ਦੀ ਨੇਮ ਆਫ ਗੁਰੂ ਨਾਨਕ ਨੇਮ ਦੀ ਨਾਨਕ ਸ਼ਾਹੀ ਤਾਂ ਨਵੇਂ ਕੋਇਨਸ ਸ਼ੁਰੂ ਕੀਤੇ ਨਾਨਕ ਸ਼ਾਹੀ ਗੁਰੂ ਨਾਨਕ ਦੇਵ ਜੀ ਦੇ ਨਾਮ ਦੇ ਉੱਤੇ ਆ ਨਾਨਕ ਸ਼ਾਹੀ ਕੋਇਨਸ ਨੇ ਦੈਨ ਇਨ 1802 ਜਦੋਂ 1802 ਦੇ ਵਿੱਚ ਰਣਜੀਤ ਸਿੰਘ ਜੀ 22 ਸਾਲ ਦੇ ਸੀਏ ਤਾਂ ਉਹਨਾਂ ਨੇ ਅੰਮ੍ਰਿਤਸਰ ਜਿੱਤ ਲਿਆ ਫਰਮ ਦੀ ਪੰਗੀ ਸਿਕਸ ਜਿਹੜੇ ਪੰਗੀ ਸਿਕਸ ਤੋਂ ਪਹਿਲਾਂ ਲਾਹੌਰ ਜਿੱਤਿਆ ਸੀ ਉਹਨਾਂ ਦਾ ਹੀ ਪਾਈਚਾਰੇ ਚ ਕੁਛ ਸੀ ਜੋ ਅੰਮ੍ਰਿਤਸਰ ਦੇ ਉੱਤੇ ਰਾਜ ਕਰਦੇ ਸੀ ਤਾਂ ਉਹਨਾਂ ਨੇ ਤੋਂ ਅੰਮ੍ਰਿਤਸਰ ਲੈ ਲਿਆ देन ਪੇਡ ਹੋਮੇ ਜੈਤ ਹਰਮੰਦਰ ਸਾਹਿਬ ਟੈਂਪਲ ਤੇ ਉਸ ਤੋਂ ਬਾਅਦ ਹਰਮੰਦਰ ਸਾਹਿਬ ਤੇ ਮੱਥਾ ਟੇਕਿਆ ਉਹਨਾਂ ਨੇ ਤੇ ਉਹਨਾਂ ਨੇ ਕਾਫੀ ਕੰਸਟਰਕਸ਼ਨ ਕਰਵਾਈ ਨਮੀਆਂ ਵਾਲਸ ਬਣਵਾਈਆਂ ਪੂਰੀ ਰਿਪੇਅਰ ਕਰਾਈ ਉਹਨਾਂ ਨੇ ਹਰਮੰਦਰ ਸਾਹਿਬ ਦੀ ਜਿਹੜੀ ਬਾਰ ਬਾਰ ਮੁਗਲ ਅਟੈਕਸ ਦੇ ਵਿੱਚ ਤਬਾਹ ਹੋ ਗਈ ਸੀ ਇਨ 1807 ਰਣਜੀਤ ਸਿੰਘ ਫੋਰਸਿਸ ਅਟੈਕਡ ਦੀ ਮੁਸਲਿਮ ਰੂਲਡ ਕਸੂਰ 1807 ਦੇ ਵਿੱਚ ਉਹਨਾਂ ਨੇ ਕਸੂਰ ਦੇ ਉੱਤੇ ਅਟੈਕ ਕਰ ਦਿੱਤਾ ਡੀਫੀਟਡ ਦੀ ਅਫਗਾਨ ਚੀਫ ਕਤਬੁੱਦਦਿਨ ਤੇ ਉੱਥੇ ਜਿਹੜਾ ਅਫਗਾਨੀ ਚੀਫ ਸੀਗਾ ਕਤਬੁੱਦਦਿਨ ਉਸਨੂੰ ਹਰਾ ਦਿੱਤਾ ਇਨ ਦੀ ਬੈਟਲ ਆਫ ਕਸੂਰ ਬੈਟਲ ਆਫ ਕਸੂਰ ਦੇ ਵਿੱਚ ਐ ਦਸ ਐਕਸਪੈਂਡਿੰਗ ਹਿਸ ਐਮਪਾਇਰ ਨਾਰਥ-ਵੈਸਟ ਟੂਵਰਡਸ ਅਫਗਾਨਿਸਤਾਨ ਤੇ ਇਸ ਤਰੀਕੇ ਨਾਲ ਅਫਗਾਨਿਸਤਾਨ ਵਾਲ ਉਹਨਾਂ ਨੇ ਕਬਜ਼ਾ ਕਰਨਾ ਸ਼ੁਰੂ ਕਰ ਦਿੱਤਾ ਇਨ 1813 ਰਣਜੀਤ ਸਿੰਘਜ਼ ਜਨਰਲ ਦੀਵਾਨ ਮੁਹੱਕਮ ਚੰਦ ਲੈਟ ਦੀ ਸਿੱਖ ਫੋਰਸਿਜ਼ ਅਗੇਂਸਟ ਦੀ ਅਫਗਾਨ ਫੋਰਸਿਜ਼ ਸ਼ਾ ਮੁਹੰਮਦ ਤਾਂ 1813 ਦੇ ਵਿੱਚ ਸ਼ਾ ਮੁਹੰਮਦ ਜਿਹੜਾ ਅਫਗਾਨ ਦਾ ਰਾਜਾ ਸੀਗਾ ਅਫਗਾਨਿਸਤਾਨ ਦਾ ਉਸ ਦੇ ਉੱਤੇ ਵੀ ਅਟੈਕ ਕਰ ਦਿੱਤਾ ਅੰਡਰ ਦੀ ਜਨਰਲ ਦਿਵਾਨ ਮੋਕਮ ਚੰਦ ਤੇ ਉਹਨਾਂ ਨੇ ਲੈਡ ਬਾਇ ਦੋਸਤ ਮੁਹੰਮਦ ਖਾਨ ਤੇ ਜਿਹੜੀਆਂ ਫੋਰਸਿਸ ਉਸ ਤੇ ਲੜਨ ਲਈ ਆਈਆਂ ਸੀ ਉਹ ਸੀਗੀਆਂ ਫੋਰਸਿਸ ਦੋਸਤ ਮੁਹੰਮਦ ਖਾਨ ਦੀਆਂ ਦਾ ਅਫਗਾਨ ਲੋਸਟ देयर ਸਟਰੋਂਗਹੋਲਡ ਐਟ ਅਟਕ ਇਨ ਥਿਸ ਬੈਟਲ ਜਿਹੜਾ ਅਟਕ ਸੀ ਉੱਥੇ ਫਾਈਨਲੀ ਸਿੱਖਾਂ ਨੇ ਕਬਜ਼ਾ ਕਰ ਲਿਆ ਤੇ ਅਫਗਾਨਸ ਨੂੰ ਹਰਾ ਦਿੱਤਾ ਉਸ ਤੋਂ ਬਾਅਦ 1813 ਦੇ ਵਿੱਚ ਅਟਕ ਜਿੱਤਣ ਤੋਂ ਬਾਅਦ 1818 ਦੇ ਵਿੱਚ ਉਹਨਾਂ ਨੇ ਮਲਤਾਨ ਨੂੰ ਆਕੂਪਾਈ ਕਰ ਲਿਆ ਲੈਡ ਬਾਈ ਮਿਸਰ ਦੀਵਾਨ ਚੰਦ ਤਾਂ ਦੀਵਾਨ ਚੰਦ ਦੇ ਅੰਦਰ ਇੱਕ ਫੋਰਸ ਗਈ ਮਲਤਾਨ ਤੇ ਤੇ ਮਲਤਾਨ ਦੇ ਉੱਤੇ ਕਬਜ਼ਾ ਕਰ ਲਿਆ ਕਿਲਿੰਗ ਮੁਜਫਰ ਖਾਨ ਐਂਡ ਡਿਫੀਟਿੰਗ ਹਿਸ ਫੋਰਸਸ ਤੇ ਉੱਥੋਂ ਦਾ ਜਿਹੜਾ ਸੁਲਤਾਨ ਸੀ ਮੁਜਫਰ ਖਾਨ ਉਸ ਨੂੰ ਹਰਾ ਦਿੱਤਾ ਲੀਡਿੰਗ ਟੂ ਦੀ ਐਂਡ ਆਫ ਅਫਗਾਨ ਇਨਫਲੂਐਂਸ ਇਨ ਪੰਜਾਬ ਤਾਂ ਜਿਹੜਾ ਸਦੀਆਂ ਤੋਂ ਅਫਗਾਨ ਅਫਗਾਨੀ ਫੋਰਸਿਜ਼ ਆ ਕੇ ਪੰਜਾਬ ਤੇ ਦਿੱਲੀ ਉੱਤੇ ਖਤਰਾ ਰਹੀਆਂ ਸੀ ਪੰਜਾਬ ਤੇ ਦਿੱਲੀ ਲਈ ਉਹਨਾਂ ਨੂੰ ਹਰਾਂਦੀਆਂ ਰਹੀਆਂ ਸੀ ਲੁੱਟਮਾਰ ਕਰਦੀ ਰਹੀਆਂ ਸੀ ਫਾਈਨਲੀ ਉਹਨਾਂ ਦਾ ਬਿਲਕੁਲ ਐਂਡ ਕਰ ਦਿੱਤਾ ਬਾਏ ਓਕੂਪਾਈਂਗ ਮਲਤਾਨ ਮਲਤਾਨ ਨੂੰ ਜਿੱਤ ਕੇ ਇਨ 1819 ਹੀ ਸਕਸੈਸਫੁਲੀ ਡੀਫੀਟਡ ਦੀ ਅਫਗਾਨ ਸੁੰਨੀ ਮੁਸਲਿਮ ਰੂਲਰਸ 1819 ਦੇ ਵਿੱਚ ਉਹਨਾਂ ਨੇ ਅਫਗਾਨ ਦੇ ਮੁਸਲਿਮ ਰੂਲਰਸ ਨੂੰ ਹਰਾ ਦਿੱਤਾ ਐਂਡ ਅ ਨੈਕਸਟ ਸ਼ਿਰինਗਰ ਐਂਡ ਕਸ਼ਮੀਰ ਤੇ ਸ਼ਿਰਨਗਰ ਤੇ ਕਸ਼ਮੀਰ ਉਤੇ ਕਬਜ਼ਾ ਕਰ ਲਿਆ ਜਿਸ ਤਰੀਕੇ ਨਾਲ ਉਹਨਾਂ ਦਾ ਰੂਲ ਹੋ ਗਿਆ ਨਾਰਥ ਆਫ ਦੀ ਜੇਲਮ ਵੈਲੀ ਤੇ ਜੇਲਮ ਵੈਲੀ ਤੱਕ ਉਹਨਾਂ ਦਾ ਰੂਲ ਪਹੁੰਚ ਗਿਆ ਇਨ ਨਵੰਬਰ 1819 1819 ਦੀ ਹੀ ਨਵੰਬਰ ਦੇ ਵਿੱਚ ਜਿਹੜਾ ਦੋਸਤ ਮੁਹੰਮਦ ਖਾਨ ਸੀ ਉਹਨੇ ਵੀ ਜਿਹੜਾ ਪੇਸ਼ਾਵਰ ਸੀ ਉਹਦੇ ਉੱਤੇ ਸੋਵਰਿਨਿਟੀ ਮੰਨ ਲਈ ਉਹਨੇ ਮੰਨ ਲਿਆ ਕਿ ਉਹਦੇ ਉੱਤੇ ਪਹਿਲਾ ਹੱਕ ਮਹਾਰਾਜਾ ਰਣਜੀਤ ਸਿੰਘ ਜੈ ਐਂਡ ਅਲੋਂਗ ਵਿਦ ਅ ਰੈਵਨਿਊ ਪੇਮੈਂਟ ਆਫ ਰੁਪੀਸ 1 ਲੱਖ ਇਅਰ ਤੇ 1 ਲੱਖ ਰੁਪਇਆ ਉਹ ਹਰ ਸਾਲ ਮਹਾਰਾਜਾ ਰਣਜੀਤ ਸਿੰਘ ਜੀ ਨੂੰ ਪੇਮੈਂਟ ਤੇ ਜੁਗਾ ਰੈਵਨਿਊ ਦੇਊਗਾ ਕਿਉਂਕਿ ਪੇਸ਼ਾਵਰ ਦੇ ਉੱਤੇ ਪਹਿਲਾ ਹੱਕ ਮਹਾਰਾਜਾ ਰਣਜੀਤ ਸਿੰਘ ਜੀ ਦਾ ਹੈ ਤੇ ਇਸ ਤਰੀਕੇ ਨਾਲ ਉਹਨਾਂ ਨੇ ਕਾਫੀ ਏਰੀਆ ਜਿੱਤ ਲਿਆ ਹੌਲੀ ਹੌਲੀ ਸਾਰੀਆਂ ਮਿਸਲਾਂ ਵੀ ਜਿੱਤ ਲਈਆਂ ਤੇ ਸਾਰੇ ਪੰਜਾਬ ਦੇ ਉੱਤੇ ਇੱਕ ਯੂਨੀਫਾਈਡ ਰਾਜ ਹੋ ਗਿਆ ਸਿੱਖ ਐਮਪਾਇਰ ਦਾ ਪਰ ਗੱਲ ਕਰੀਏ ਜੇ ਆਪਾਂ ਬ੍ਰਿਟਿਸ਼ਰਜ਼ ਦੀ ਜਬ ਬ੍ਰਿਟਿਸ਼ਰਜ਼ ਨਾਲ ਉਹਨਾਂ ਨੇ ਕੋਈ ਵੀ ਲੜਾਈ ਨਹੀਂ ਕੀਤੀ ਉਹਨਾਂ ਨੇ ਇੱਕ ਟ੍ਰੀਟੀ ਆਫ ਅੰਮ੍ਰਿਤਸਰ ਕਰੀ 1809 ਦੇ ਵਿੱਚ ਬਿਟਵੀਨ ਦੀ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਐਂਡ ਮਹਾਰਾਜਾ ਰਣਜੀਤ ਸਿੰਘ 1809 ਦੇ ਵਿੱਚ ਇੱਕ ਟ੍ਰੀਟੀ ਕੀਤੀ ਗਈ ਅੰਮ੍ਰਿਤਸਰ ਤੇ ਈਸਟ ਇੰਡੀਆ ਕੰਪਨੀ ਦੇ ਵਿੱਚ ਅਮੰਗ ਦੀ ਆਊਟਕਮਸ ਦਾ ਵਾਸ ਦੈਟ ਸਿੰਘ ਗੇਨਡ ਏ ਫਰੀ ਹੈਂਡ ਟੂ ਫਰਦਰ ਕੰਸੋਲੀਡੇਟ ਹਿਸ ਟੈਰੀਟੋਰੀਅਲ ਗੇਨਸ ਓਵਰ ਦੀ ਨਾਰਥ ਆਫ ਸਤਲੁਜ ਰਿਵਰ ਤਾਂ ਉਹਨਾਂ ਨੇ ਫਰੀ ਹੈਂਡ ਲੈ ਲਿਆ ਕਿ ਸਤਲੁਜ ਦੇ ਉੱਤੇ ਉਹਨਾਂ ਦਾ ਰਾਜ ਉਹ ਜੋ ਮਰਜ਼ੀ ਕਰਨ ਤੇ ਸਤਲੁਜ ਦੇ ਨੀਚੇ ਬ੍ਰਿਟਿਸ਼ਰ ਜੋ ਮਰਜ਼ੀ ਕਰਨ ਤਉਦੋ ਮਹਾਰਾਜਾ ਰਣਜੀਤ ਸਿੰਘ ਕੁਛ ਨਹੀਂ ਬੋਲਣਗੇ ਇਟ ਵਾਸ ਅ ਪੈਕਟ ਬੀਟਵੀਨ ਚਾਰਲਸ ਟੀ ਮੈਟਕੈਫੇ ਐਂਡ ਮਹਾਰਾਜਾ ਰਣਜੀਤ ਸਿੰਘ ਉਰੇ ਇਹ ਇੰਪੋਰਟੈਂਟ ਹੈ ਕਿ ਕਿਸ ਪਰਸਨ ਨੇ ਇਹ ਕੰਪੈਕਟ ਕਰਿਆ ਸੀ ਤਾਂ ਉਸੇ ਚਾਰਲਸ ਟੀ ਮੈਟਕੈਫੇ ਤਾਂ ਇਹ ਇੱਕ ਕਾਪੀ ਹੈ ਟਰੀਟੀ ਆਫ ਅੰਮ੍ਰਿਤਸਰ ਦੀ ਜਿਹੜੀ ਹੁਣ ਸਮਝ ਨਹੀਂ ਬਹੁਤ ਡਿਫਿਕਲਟ ਹੈ ਥੈਨ ਗਵਰਨਸ ਦੀ ਗੱਲ ਕਰੀ ਜਾਵੇ ਤਾਂ ਮਹਾਰਾਜਾ ਰਣਜੀਤ ਸਿੰਘ ਕਾਫੀ ਸੈਕੂਲਰ ਸੀ ਧਰਮ ਨਿਰਪੱਖ ਸੀ ਉਹ ਸਾਰੇ ਰਿਲੀਜੀਅਨਸ ਨੂੰ ਬਰਾਬਰ ਦੇਖਦੇ ਸੀ ਉਹਨਾਂ ਦੀ ਗਵਰਨਮੈਂਟ ਦੇ ਵਿੱਚ ਹਰੇਕ ਰਿਲੀਜੀਅਨ ਦੇ ਡਿਫਰੈਂਟ ਰਿਲੀਜੀਅਨ ਤੇ ਰੇਸਿਸ ਦੇ ਲੋਕ ਸੀ ਅਫਗਾਨੀ ਵੀ ਸੀ ਇੰਡੀਅਨ ਵੀ ਸੀ ਪੰਜਾਬ ਦੇ ਵੀ ਸੀ ਇਵਨ ਸਾਊਥ ਸਾਊਥਰਨ ਸਟੇਟਸ ਤੱਕ ਦੇ ਵੀ ਲੋਕ ਸੀ ਜਿਹੜੇ ਵੀ ਸਕਿਲਡ ਸੀਗੇ ਤੇ ਉਸ ਤੋਂ ਇਲਾਵਾ ਕੋਈ ਵੀ ਸਾਰੇ ਰਿਲੀਜੀਅਨ ਦੇ ਲੋਕ ਸੀਗੇ ਮੁਸਲਿਮ ਹਿੰਦੂ ਸਿੱਖ ਇਵਨ ਉਹਨਾਂ ਨੇ ਯੂਰੋਪੀਅਨਸ ਤੱਕ ਵੀ ਆਪਣੀ ਗਵਰਨਮੈਂਟ ਦਾ 파ਟਨਰ ਐ ਸੀ ਸਚ ਐਸ ਜੀਨ ਫਰੈਂਕੋਇਜ਼ ਅਲਾਰਡ ਅਲਾਰਡ ਤੇ ਵੈਂਚਰ ਇਹ ਦੋ ਇੰਪੋਰਟੈਂਟ ਨੇ ਫਰਾਂਸੀ ਗਨਰ ਸੀ ਜਿਹੜੇ ਉਹਨਾਂ ਦੀ ਮਿਲਟਰੀ ਨੂੰ ਸਿੱਖ ਮਿਲਟਰੀ ਨੂੰ ਜਿਨ੍ਹਾਂ ਨੇ ਮਾਡਰਨਾਈਜ਼ ਕਰਿਆ ਸੀ ਜੀਨ ਫਰੈਂਕੋਇਸ ਅਲਾਰਟ ਤੇ ਵੈਂਚਰ ਬਟ ਉਹਨਾਂ ਨੇ ਬ੍ਰਿਟਿਸ਼ ਪੀਪਲ ਨਹੀਂ ਰੱਖਦੇ ਸੀ ਯੂਰੋਪੀਅਨ ਰੱਖੇ ਉਹਨਾਂ ਨੇ ਪਾਰਟੂਗੀਜ਼ ਜਾਂ ਫਿਰ ਫ੍ਰੈਂਚ ਬਟ ਉਹਨਾਂ ਨੇ ਬ੍ਰਿਟਿਸ਼ ਪੀਪਲ ਨਹੀਂ ਰੱਖੇ ਕਿਉਂਕਿ ਉਹਨਾਂ ਨੂੰ ਨਫ਼ਰਤ ਸੀ ਉਹਨਾਂ ਨਾਲ ਕਿ ਇਹ ਭਾਰਤ ਉੱਤੇ ਕਬਜ਼ਾ ਕਰਦੇ ਜਾ ਰਹੇ ਨੇ ਡਿਸਪਾਈਟ ਨਾਟ 엠ਪਲੋਇੰਗ ਥੈਮ ਹੀ ਡਿਡ ਮੇਨਟੇਨ ਅ ਡਿਪਲੋਮੈਟਿਕ ਚੈਨਲ ਵਿਦ ਦੀ ਬ੍ਰਿਟਿਸ਼ ਚਾਹੇ ਉਹਨਾਂ ਨੇ ਆਪਣੀ ਸੈਨਾ ਦੇ ਵਿੱਚ ਆਪਣੀ ਐਡਮਿਨਿਸਟ੍ਰੇਸ਼ਨ ਦੇ ਵਿੱਚ ਬ੍ਰਿਟਿਸ਼ਰਜ਼ ਨੂੰ ਨਹੀਂ ਲਿਆ ਬਟ ਫਿਰ ਵੀ ਉਹਨਾਂ ਨਾਲ ਇੱਕ ਡਿਪਲੋਮੈਟਿਕ ਚੈਨਲ ਬਣਾ ਕੇ ਰੱਖਿਆ ਤਾਂ ਕਿ ਉਹਨਾਂ ਨਾਲ ਰਿਲੇਸ਼ਨਸ ਖਰਾਬ ਨਾ ਹੋਣ ਤੇ ਜੇਕਰ ਲਗ ਰਹੀਆਂ ਰਣਜੀਤ ਸਿੰਘ ਜੀ ਦੇ ਮੈਮੋਰੀਅਲ ਦੀ ਤਾਂ ਉਹਨਾਂ ਦੀ ਸਮਾਦੀ ਹੈ ਜਿਹੜੀ ਲਾਹੌਰ ਦੇ ਵਿੱਚ ਬਣੀ ਹੋਈ ਹੈ 1839 ਦੇ ਵਿੱਚ ਰਣਜੀਤ ਸਿੰਘ ਆਪਣੀ ਬਿਮਾਰੀ ਨਾਲ ਮਰ ਗਏ ਤੇ ਉਸ ਤੋਂ ਬਾਅਦ ਉਹਨਾਂ ਦੀ ਸਮਾਦੀ ਬਣਾ ਦਿੱਤੀ ਗਈ ਲਾਹੌਰ ਦੇ ਵਿੱਚ ਔਨ ਉਹਨਾਂ ਦੇ ਨਾਲ ਹੀ ਉਹਨਾਂ ਦੇ ਚਾਰ ਰਾਣੀਆਂ ਤੇ ਸੱਤ ਕੌਂਕੋਵਾਈਸ ਇੱਕ ਤਰ੍ਹਾਂ ਰਾਣੀਆਂ ਹੀ ਲਾ ਕੇ ਚੱਲੋ ਉਨਹੀਂ 13 ਵਾਈਫਸ ਹਿੰਦੂ ਸੀ ਐਸ ਅ ਹਿੰਦੂ ਰਿਲੀਜਨ ਤੇ ਵਿੱਚ ਉਸ ਟਾਈਮ ਤੇ ਸਤੀ ਕਮਿਟ ਕੀਤੀਆਂ ਦੀ ਸਤੋਂਨਾ 13 ਨੇ ਸਤੀ ਕਮਿਟ ਕਰ ਲਈ ਔਨ 20 ਅਗਸਟ 2003 ਅ 22 ਫੁੱਟ ਟਾਲ ਬ੍ਰੌਂਜ਼ ਸਟੈਚੂ ਆਫ ਸਿੰਘ ਵਾਸ ਇਨਸਟਾਲਡ 2003 ਦੇ ਵਿੱਚ ਪਾਰਲੀਮੈਂਟ ਆਫ ਇੰਡੀਆ ਨੇ ਉਹਨਾਂ ਦੀ ਬਹਾਦਰੀ ਨੂੰ ਰੀਕਗਨਾਈਜ਼ ਕਰਦੇ ਹੋਏ ਇੱਕ 22 ਫੁੱਟ ਦਾ ਬ੍ਰੌਂਜ਼ ਸਟੈਚੂ ਇਨਸਟਾਲ ਕੀਤਾ ਇੰਡੀਆ ਦੀ ਪਾਰਲੀਮੈਂਟ ਦੇ ਵਿੱਚ ਉਸ ਤੋਂ ਇਲਾਵਾ ਜੇ ਲੇਟੈਸਟ ਗੱਲ ਕਰੀ ਜਾਵੇ ਤਾਂ 2019 ਦੇ ਵਿੱਚ ਜੂਨ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਦਾ ਸਟੈਚੂ ਬਣਾਇਆ ਗਿਆ ਇਨ ਦੀ ਲਾਹੌਰ ਫੋਰਟ ਪਾਕਿਸਤਾਨ ਜਿਹੜਾ ਨਾ ਫੋਰਟ ਸੀ ਲਾਹੌਰ ਵਿਖੇ ਉੱਥੇ ਵੀ ਉਹਨਾਂ ਦਾ ਫੋਰਟ ਦੇ ਵਿੱਚ ਇੱਕ ਸਟੈਚੂ ਬਣਾ ਦਿੱਤਾ ਗਿਆ ਉਹਨਾਂ ਦੀ ਬਹਾਦਰੀ ਉਹਨਾਂ ਦੇ ਮਿਹਨਤ ਕਰਕੇ ਦਾ 9 ਫੀਟ ਟਾਲ ਸਟੈਚੂ ਇਜ਼ ਮੇਡ ਆਫ ਬ੍ਰੌਂਜ਼ ਜਿਹੜਾ ਉੱਥੇ ਸਟੈਚੂ ਬਣਾਇਆ ਗਿਆ 9 ਫੁੱਟ ਲੰਬਾ ਤੇ ਬ੍ਰੌਂਜ਼ ਦਾ ਬਣਾਇਆ ਹੋਇਆ ਦਾ ਸਟੈਚੂ ਮਾਰਕਸ ਹਿਸ 180th ਡੈਥ ਐਨੀਵਰਸਰੀ 2019 ਦੇ ਵਿੱਚ ਉਹਨਾਂ ਦੀ 180ਵੀਂ ਡੈਥ ਐਨੀਵਰਸਰੀ ਸੀ ਜਿਹਦੇ ਉੱਤੇ ਜੋ ਦੇ ਹੈ ব্রোঞ্জ স্টੈਚੂ ਬਣਾਇਆ ਗਿਆ ਤਾਂ ਇੱਕ ਕੁਐਸਚਨ ਕਰਦੇ ਨੇ ਜਿਹੜਾ ਪੰਜਾਬ ਪੀਸੀਐਸ ਦੇ ਵਿੱਚ ਪੁੱਛਿਆ ਗਿਆ ਸੀ ਵਿਚ ਇਜ਼ ਨਾਟ ਕਰੈਕਟਲੀ ਮੈਚ ਇਹਨਾਂ ਵਿੱਚੋਂ ਕਿਹੜਾ ਗਲਤ ਮੈਚ ਦਿੱਤਾ ਹੋਇਆ ਹੈ ਉਹਰੇ ਚਾਰ ਮਿਸਲਾਂ ਦਿੱਤੀਆਂ ਹੋਈਆਂ ਨੇ ਸ਼ੁਕਰਚਕਿਆ ਨਿਸ਼ਾਨ ਵਾਲੀਆ ਪੰਗੀ ਤੇ ਨਕਈ ਤੇਨਾਂ ਵਿੱਚ ਪੁੱਛਿਆ ਗਿਆ ਕਿ ਕਿਹੜਾ ਪਰਸਨ ਇਹਦੇ ਨਾਲ ਲਿੰਕ ਨਹੀਂ ਕਰਦਾ ਤਾਂ ਮੈਨੂੰ ਲੱਗਦਾ ਤੁਸੀਂ ਅਨਸਰ ਦੇ ਸਕਦੇ ਹੋ ਤੇ ਕਮੈਂਟ ਵਿੱਚ ਦੱਸੋ ਕਿ ਇਸ ਦਾ ਕੀ ਅਨਸਰ ਹੈ ਤਾਂ ਅਗਲੀ ਵੀਡੀਓ ਵਿੱਚ ਆਪਾਂ ਡਿਸਕਸ ਕਰਾਂਗੇ ਬ੍ਰਿਟਿਸ਼ਰਜ਼ ਨਾਲ ਪੰਜਾਬ ਦੀ ਫਾਈਟ ਬਾਰੇ ਕਿਵੇਂ ਪੰਜਾਬ ਨੂੰ ਅਕੂਪਾਈ ਕਰਿਆ ਧੰਨਵਾਦ ਦੋਸਤੋ